ਕਿਸਾਨ ਭਰਾਵੋ ਤੁਹਾਡੇ ਮਨ ਦੇ ਵਿੱਚ ਬਹੁਤ ਖਿਆਲ ਹੋਣਗੇ ਕਿ ਅਸੀਂ ਸੁਪਰ ਸੀਡਰ ਮਸ਼ੀਨ ਦੀ ਵਰਤੋਂ ਉਹ ਕਿਸ ਤਰ੍ਹਾਂ ਕਰਨੀ ਹੈ ਤੇ ਕਦੋਂ ਕਰਨੀ ਹੈ ਇਹ ਇੱਕ ਬਹੁਤ ਹੀ ਅਹਿਮ ਮਸਲਾ ਹੈ ਕਿਸਾਨ ਭਰਾਵੋ ਸੁਪਰ ਸੀਡਰ ਇੱਕ ਮਸ਼ੀਨ ਇਹੋ ਜਿਹੀ ਹੈ ਕਿ ਜਿਹੜੀ ਤੁਹਾਡੀ ਪਸੰਦ ਆ ਕਿਉਂਕਿ ਇਹ ਜਦੋਂ ਝੋਨੇ ਦੇ ਖੇਤ ਨੂੰ ਸੁਪਰ ਐਸਐਮਐਸ ਕੰਬਾਈਨ ਲੱਗਣ ਤੋਂ ਬਾਅਦ ਕਟਾਈ ਤੋਂ ਬਾਅਦ ਜਿਹੜੀ ਪਰਾਲ ਖੜਾ ਹੁੰਦਾ ਆ ਜਾਂ ਖੇਤ ਵਿੱਚ ਖਿਲਰਿਆ ਹੁੰਦਾ ਆ ਇਹਨੂੰ ਸਾਰਾ ਹੀ ਮਿੱਟੀ 'ਚ ਮਿਲਾਉਣ ਤੋਂ ਬਾਅਦ ਕਣਕ ਦੀ ਬਜਾਈ ਕਰਦੇ ਸਾਰ ਹੀ ਖੇਤ ਨੂੰ ਬਿਲਕੁਲ ਸਾਫ਼ ਤੇ ਪਧਰਾ ਕਰ ਦਿੰਦੀ ਹੈ ਜਿਸ ਦੇ ਨਾਲ ਸਾਨੂੰ ਆਪਣੀ ਕੰਮ ਕਣਕ ਦਾ ਜੰਮ ਵੀ ਵਧੀਆ ਦਿਖਾਈ ਦਿੰਦਾ ਆ ਤੇ ਕਿਸਾਨ ਨੂੰ ਇਹ ਵੀ ਹੌਸਲਾ ਹੁੰਦਾ ਹੈ ਕਿ ਮੇਰੀ ਕਣਕ ਵਧੀਆ ਹੈ ਤੇ ਉਹ ਵਧੀਆ ਦੇਖ ਰਿਕ ਕਰ ਸਕਦਾ ਹੈ ਕਿਸਾਨ ਭਰਾਓ ਇਸ ਮਸ਼ੀਨ ਨੂੰ ਚਲਾਉਣ ਦੇ ਲਈ ਤੁਹਾਨੂੰ 55 ਹੌਸਪਾਵਰ ਤੋਂ ਵੱਧ ਦਾ ਟਰੈਕਟਰ ਦੀ ਲੋੜਿੰਦਾ ਹੈ ਕਿ ਜਿਹੜਾ ਕਿ ਤਿੰਨ ਸਪੀਡ ਗੇਅਰ ਨਾਲ ਚਲੇ ਜਿਸ ਨਾਲ ਅਸੀਂ ਕੰਮ ਕਰਦੇ ਸਮੇਂ ਸਾਨੂੰ ਕੋਈ ਮਸ਼ੀਨ ਖੇਤ 'ਚ ਪਰੇਸ਼ਾਨੀ ਨਹੀਂ ਆਉਂਦੀ। ਕਿਸਾਨ ਭਰਾਵੋ ਇੱਕ ਬਹੁਤ ਹੀ ਅਹਿਮ ਨੁਕਤਾ ਹੈ ਕਿ ਇਹਦੀ ਬਜਾਈ ਦਾ ਕਿਸ ਤਰ੍ਹਾਂ ਕਰਨੀ ਆ। ਕਿਸਾਨ ਭਰਾਵੋ ਇਹਦੀ ਬਜਾਈ ਦੇ ਲਈ ਤੁਹਾਡੇ ਖੇਤ ਦੇ ਵਿੱਚ ਨਮੀ ਦੀ ਮਾਤਰਾ ਹੈਪੀ ਸੀਡਰ ਦੇ ਖੇਤਾਂ ਨਾਲੋਂ ਵੱਧ ਚਾਹੀਦੀ ਆ। ਜਦੋਂ ਅਸੀਂ ਇਹਦੇ ਨਾਲ ਖੇਤ ਵਿੱਚ ਬਜਾਈ ਕਰਦੇ ਆ ਤਾਂ ਸਾਡੀ ਜਦੋਂ ਪਰਾਲੀ ਖੇਤ ਵਿੱਚ ਮਿਲਦੀ ਆ ਤਾਂ ਖੇਤ ਵਿੱਚ ਅਕਸਰ ਨਵੀਂ ਉੱਗਦੀ ਆ। ਉਸਦੇ ਲਈ ਮਸ਼ੀਨ ਦੇ ਵਿੱਚ ਹੀ ਦੋ ਅਹਿਮ ਰੂਲੇ ਬਣਾਤੇ ਗਏ ਲਗਾਤੇ ਗਏ ਨੇ ਇੱਕ ਜਿਹੜਾ ਕਿ ਸਾਡੇ ਤਵੀਆਂ ਤੋਂ ਅੱਗੇ ਚੱਲਦਾ ਹੈ ਤੇ ਇੱਕ ਤਵੀਆਂ ਤੋਂ ਪਿੱਛੇ ਜਿਸ ਨਾਲ ਨਮੀ ਕਾਫੀ ਦੱਬੀ ਜਾਂਦੀ ਹੈ ਭਰਾਵੋ ਇਹ ਮਸ਼ੀਨ ਦੀ ਵਰਤੋਂ ਲਈ ਦੋ ਨੁਕਤੇ ਧਿਆਨ ਚ ਰੱਖੋ ਪਹਿਲਾ ਕਿ ਇਹ ਤੁਸੀਂ ਨਮੀ ਖੇਚ ਜ਼ਿਆਦਾ ਹੋਵੇ ਦੂਜੀ ਗੱਲ ਕਿ ਤੁਸੀਂ ਜਦੋਂ ਵੀ ਦੀ ਬਜਾਈ ਕਰਨੀ ਆ ਨਵੰਬਰ ਮਹੀਨੇ ਚ ਕਰਨੀ ਆ ਕਿਉਂਕਿ ਅਕਤੂਬਰ ਮਹੀਨੇ ਚ ਜਦੋਂ ਗਰਮੀ ਜ਼ਿਆਦਾ ਹੁੰਦੀ ਆ ਤਾਂ ਇਸ ਦੇ ਨਾਲ ਜਦੋਂ ਅਸੀਂ ਇਹ ਮਸ਼ੀਨ ਚਲਾਉਂਦੇ ਆ ਤੇ ਨਵੀਂ ਖੇਤੋਂ ਜੱਕ ਤਾਂ ਮੋੜ ਜਾਂਦੀ ਆ ਤੇ ਸਾਡਾ ਜਿਹੜਾ ਜੰਮ ਹੈਗਾ ਆ ਉਹ ਘਟ ਨਿਕਲਦਾ ਆ ਕਿਸਾਨ ਭਰਾਵੋ ਜੇਕਰ ਤੁਸੀਂ ਬਜਾਈ ਸ਼ੁਰੂ ਚ ਕਰ ਦਿੰਦੇ ਹੋ ਜੰਮ ਘਟਨੇ ਗਿਆ ਤਾਂ ਵੀ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਤੇ ਉਹ ਜਿਹੜਾ ਜੰਮ ਹੁੰਦਾ ਆ ਜਦੋਂ ਅਸੀਂ ਪਹਿਲਾ ਪਾਣੀ ਲਗਾਉਂਦੇ ਆ ਉਸ ਤੋਂ ਬਾਅਦ ਸਾਡੀ ਕਣਕ ਬਾਹਰ ਆ ਜਾਂਦੀ ਆ ਤੇ ਥੋੜਾ ਜਿਹਾ ਹੌਸਲਾ ਰੱਖ ਕੇ ਪੇਸ਼ੇਸ ਰੱਖ ਕੇ ਇਹ ਮਸ਼ੀਨਾਂ ਦੀ ਵਰਤੋਂ ਨੂੰ ਨਾਲ ਕਰਦੇ ਹੋਏ ਤੁਸੀਂ ਆਪਣੇ ਆਪ ਖੇਤਾਂ ਦੇ ਤੇ ਲੋਕਾਂ ਦੇ ਖੇਤਾਂ 'ਚ ਵੀ ਵਰਤੋਂ ਕਰੋ ਤੇ ਅਸੀਂ ਪੰਜਾਬ ਨੂੰ ਇਸ ਵਾਰ ਅੱਗ ਲੱਗਣ ਤੋਂ ਬਚਾਉਣ ਦੇ ਲਈ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਯੋਗਦਾਨ ਪਾ ਸਕੀਏ ਧੰਨਵਾਦ